ਦੋਸਤੋ, ਜਦੋਂ ਤੁਸੀਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਕਈ ਵਾਰੀ ਆਪਾਂ ਹੋਟਲ ਦੇ ਵਿੱਚ ਰੁਕਦੇ ਹਾਂ ਅਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਗਾ ਵੀ ਕਿਹੜੀ ਚੀਜ਼ ਕਿਵੇਂ ਵਰਤਣੀ ਹੁੰਦੀ ਹੈ। ਸੋ ਅੱਜ ਮੈਂ ਤੁਹਾਨੂੰ ਅਮੈਰੀਕਾ ਕਨੇਡਾ ਦੇ ਜਿਹੜੇ ਹੋਟਲ ਨੇ ਉਹਨਾਂ ਦੇ ਵਿੱਚ ਜੋ ਕੌਫੀ ਬਣਾਉਣ ਜਾਂ ਚਾਹ ਬਣਾਉਣ ਦਾ ਜਿਹੜਾ ਤਰੀਕਾ ਹੈਗਾ, ਇਹ ਮਸ਼ੀਨ ਹੈ, ਇਹਨੂੰ ਵਰਤਣ ਦਾ ਤਰੀਕਾ ਮੈਂ ਤੁਹਾਨੂੰ ਦੱਸ ਰਿਹਾ। ਸੋ ਇਹ ਮਸ਼ੀਨ ਹੈ। ਅਕਸਰ ਆਪਣੇ ਇੰਡੀਆ ਦੇ ਹੋਟਲਾਂ ਵਿੱਚ ਕੀ ਹੁੰਦਾ ਕਿ ਉੱਥੇ ਇੱਕ ਹੌਟ ਵਾਟਰ ਬੋਟਲ ਹੁੰਦੀ ਆ, ਉਹਦੇ ਤੁਸੀਂ ਪਾਣੀ ਪਾਓ, ਪਾਣੀ ਉਬਾਲ ਕੇ ਤੁਸੀਂ ਕਰ ਲਓ। ਪਰ ਇਹ ਮਸ਼ੀਨ ਥੋੜ੍ਹੀ ਜਿਹੀ ਡਿਫਰੈਂਟ ਆ ਉਹਦੇ ਨਾਲੋਂ। ਸੋ ਇਹਦੇ ਲਈ ਕੀ ਚੀਜ਼ ਹੈ ਕਿ ਤੁਹਾਨੂੰ ਮੈਂ ਦੱਸ ਦਿੰਦਾ, ਪਾਣੀ ਵਗੈਰਾ ਕਿਵੇਂ ਪਾਉਣਾ, ਕਿਵੇਂ ਸਾਰਾ ਕੁਝ ਕਰਨਾ। ਇੱਥੇ ਤੁਹਾਨੂੰ ਆ ਟ੍ਰੇ ਦੇ ਵਿੱਚ ਸਾਰਾ ਕੁਝ ਹੈਗਾ। ਕੌਫੀ ਹੈ ਜੀ, ਕੌਫੀ ਹੈ, ਤੁਹਾਨੂੰ ਇੱਥੇ ਸ਼ੈਸ਼ੇ ਦਿੱਤੇ ਇਹਨਾਂ ਨੇ, ਕਿਉਂਕਿ ਇੱਥੇ ਲੋਕ ਜ਼ਿਆਦਾ ਕੌਫੀ ਪੀਂਦੇ ਆ, ਚਾਹ ਘੱਟ ਹੈ। ਸੋ ਇੰਗਲਿਸ਼ ਟੀ ਟਾਈਮ ਪਈ ਹੈ ਜੀ, ਅਤੇ ਆਹ ਹਰਬਲ ਟੀ ਪਈ ਹੈ, ਗ੍ਰੀਨ ਟੀ ਆ। ਵੈਸੇ ਆਹ ਬਲੈਕ ਟੀ ਆ ਜਿਹੜੀ ਆਪਾਂ ਇੰਡੀਆ ਦੇ ਵਿੱਚ ਆਪਾਂ ਜ਼ਿਆਦਾ ਪੀਂਦੇ ਹਾਂ। ਸੋ ਤੁਹਾਨੂੰ ਪਹਿਲਾਂ ਮੈਂ ਇੱਕ ਵਾਰੀ ਕੌਫੀ ਦਾ ਤਰੀਕਾ ਦੱਸ ਦਿੰਦਾ, ਫਿਰ ਚਾਹ ਦਾ ਵੀ ਤਰੀਕਾ ਦੱਸ ਦਿੰਦਾ। ਸੋ ਇਹਨੂੰ ਇੱਥੋਂ ਖੋਲ੍ਹਣਾ ਹੁੰਦਾ, ਤੁਸੀਂ ਇੱਥੇ ਖੋਲ੍ਹ ਕੇ ਇਹਦੇ ਪਿਛਲੇ ਪਾਸੇ ਇੱਥੇ ਤੁਸੀਂ ਪਾਣੀ ਪਾਉਣਾ ਹੁੰਦਾ। ਹੁਣ ਮੈਂ ਤੁਹਾਨੂੰ ਪਾਣੀ ਜਿਹੜਾ ਜੀ ਉਹ ਇੱਥੇ, ਇਹ ਵੀ ਤੁਹਾਨੂੰ ਦੱਸ ਦਿਆਂ ਕਿ ਕਈ ਵਾਰੀ ਪਾਣੀ ਨਾ ਹੋਵੇ, ਤੁਸੀਂ ਬੋਤਲ ਵਾਲਾ ਪਾਣੀ ਪੀ ਲੈਂਦੇ ਹੋ, ਤਾਂ ਜਿਹੜਾ ਵਾਸ਼ਰੂਮ ਦਾ ਪਾਣੀ ਹੁੰਦਾ, ਟੋਇਲਟ ਦਾ ਪਾਣੀ, ਉਹ ਡਰਿੰਕਿੰਗ ਵਾਟਰ ਹੁੰਦਾ। ਸੋ ਇੱਥੇ ਇਹ ਨਹੀਂ ਹੈਗਾ ਇੰਡੀਆ ਵਾਂਗੂ ਕਿ ਜਿਹੜਾ ਵਾਸ਼ਰੂਮ ਦੇ ਵਿੱਚ ਪਾਣੀ ਆ ਤੁਸੀਂ ਪੀ ਨਹੀਂ ਸਕਦੇ ਗੇ। ਸੋ ਤੁਸੀਂ ਕੱਪ ਜਿਹੜਾ ਉਹ ਆ ਜਿਹੜਾ ਕੱਪ ਆ ਇਹਨੂੰ ਤੁਸੀਂ ਵਾਸ਼ਰੂਮ ਦੇ ਵਿੱਚੋਂ ਭਰ ਸਕਦੇ ਹੋ। ਸੋ ਇਹ ਸਾਰਾ ਡਰਿੰਕਿੰਗ ਵਾਟਰ ਹੁੰਦਾ, ਇਹਦੇ 'ਚੋਂ ਤੁਸੀਂ ਲੈ ਸਕਦੇ ਹੋ। ਇਹ ਤੁਸੀਂ ਜਿੰਨੀ ਕੌਫੀ ਬਣਾਉਣੀ ਆ ਉਨਾ ਪਾਣੀ ਭਰ ਲਓ, ਕਿਉਂਕਿ ਕੱਪ ਇੱਥੇ ਇੰਡੀਆ ਦੇ ਹਿਸਾਬ ਨਾਲ ਕਾਫੀ ਵੱਡੇ ਹੁੰਦੇ ਆ। ਸੋ ਇਹ ਤੁਸੀਂ ਇਹਨੂੰ ਇਹਦੇ ਵਿੱਚ ਪਾ ਦਿਓ ਜੀ। ਇਹ ਪਾਣੀ ਥੋੜ੍ਹਾ ਹੀ ਪੈਂਦਾ ਇਹਦੇ 'ਚ। ਸੋ ਇਹਦੇ ਵਿੱਚ ਪਾ ਕੇ ਇਹਨੂੰ ਤੁਸੀਂ ਇੱਥੇ ਪਲੱਗ ਕਰ ਦੇਣਾ। ਇੱਕ ਧਿਆਨ ਰੱਖਿਓ ਕਿ ਇਹ ਵੀ ਇੱਕ ਚਾਰਜ ਵੀ ਕਰ ਸਕਦੇ ਹੋ ਤੁਸੀਂ ਇੱਥੋਂ, ਜਾਂ ਦੋ ਪਾਵਰ ਪਲੱਗ ਵੀ ਹੈਗੇ ਨੇ ਇਹ 'ਚ, ਇਹਦੇ ਵਿੱਚ ਪਾਉਣ ਤੋਂ ਬਾਅਦ, ਕਿਉਂਕਿ ਬੜਾ ਸੇਫ ਹੁੰਦਾ। ਇੱਥੇ ਆਹ ਤੁਹਾਡੇ ਲਾਈਟ ਆ ਗਈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹਨੂੰ ਪਿੱਛੇ ਕਰ ਦਿਓ, ਆ ਕੱਪ ਤੁਸੀਂ ਬਾਹਰ ਕੱਢ ਦਿਓ ਇੱਥੋਂ। ਬਾਹਰ ਕੱਢ ਕੇ ਇਹਨੂੰ ਜਾਂ ਇੱਥੇ ਰੱਖ ਲਓ, ਅਤੇ ਆਹ ਕੌਫੀ ਜਿਹੜੀ ਆ ਤੁਸੀਂ ਪਾੜ ਦਿਓ ਇਹਨੂੰ, ਜਿਹੜਾ ਕੌਫੀ ਦਾ ਸੈਸ਼ੇ ਹੈ ਇਹਨੂੰ ਪਾੜ ਦਿਓ। ਇਹਦੇ 'ਚੋਂ ਇੱਕ ਪੈਕਟ ਨਿਕਲੂਗਾ ਹੋਰ। ਸੋ ਮੈਂ, ਕਿਉਂਕਿ ਇੱਕ ਹੱਥ ਨਾਲ ਕੈਮਰਾ ਯੂਜ਼ ਕਰ ਰਿਹਾ, ਆਹ ਨਿਕਲਿਆ ਜੀ ਤੁਹਾਡਾ, ਵੀ ਇਹਨੂੰ ਇੱਥੇ ਰੱਖ ਦਿਓ ਇਸ ਤਰ੍ਹਾਂ ਕਰਕੇ, ਅਤੇ ਆਹ ਵਿੱਚੋਂ, ਸੋਰੀ, ਆਹ ਵਿੱਚੋਂ ਬਣਨਾ ਸ਼ੁਰੂ ਹੋ ਗਈ ਪਾਣੀ। ਆ ਦੇਖੋ ਤੁਸੀਂ, ਆਹ ਦੇਖੋ ਹੌਟ ਵਾਟਰ ਆਉਣਾ ਸ਼ੁਰੂ ਹੋ ਗਿਆ, ਮੈਂ ਤਾਂ ਕਰਕੇ ਖੋਲ੍ਹ ਕੇ ਦਿਖਾਉਣਾ, ਅਤੇ ਇਹ ਹੇਠਾਂ ਵੀ ਜਾਣਾ ਸ਼ੁਰੂ ਹੋ ਗਏ ਨੇ। ਸੋ ਸਟਾਰਟ ਬਰਿਊ ਹੋ ਗਿਆ ਜੀ, ਪਿੱਛੋਂ ਪਲੱਗ ਪਾਉਣ 'ਤੇ ਹੀ ਸਿੱਧਾ ਹੀ ਹੋ ਗਈ ਸੀ, ਅਤੇ ਦੇਖੋ ਹੌਲੀ ਹੌਲੀ ਆਊਗਾ ਇਹ
ਕਿਉਂਕਿ ਪਿੱਛੋਂ ਗਰਮ ਹੋ ਕੇ ਪਾਣੀ ਆਟੋਮੈਟਿਕਲੀ ਗਰਮ ਹੁੰਦਾ ਤਾਂ ਟੈਂਕੀ ਵਿੱਚੋਂ ਜਿਹੜੀ ਨਿੱਕੀ ਟੈਂਕੀ ਹੈ ਇਹਦੇ ਵਿੱਚੋਂ ਚੜ੍ਹਦੀ ਹੈ। ਫਿਰ ਤੁਹਾਨੂੰ ਦੱਸਦਾ ਕਿ ਆਹ ਤੁਹਾਡੀ ਕਰੀਮ ਹੁੰਦੀ ਹੈ ਜੀ, ਜਿਹਨੂੰ ਆਪਾਂ ਦੇਸੀ ਭਾਸ਼ਾ ਦੁੱਧ ਕਹਿ ਦਿੰਦੇ ਹਾਂ, ਪਰ ਇਹ ਸੰਘਣੀ ਹੁੰਦੀ ਹੈ। ਸੋ ਇਹਨੂੰ ਤੁਸੀਂ ਵਿੱਚ ਪਾ ਸਕਦੇ ਹੋ, ਇੱਕ ਵਾਰੀ ਇਹਨੂੰ ਬੰਨ ਲੈਣ ਦਿਓ, ਤੁਸੀਂ ਦੇਖ ਲਓ। ਸੋ ਚਾਹ ਬਣਾਉਣੀ ਆ ਤਾਂ ਤੁਸੀਂ ਆਹ ਚੀਜ਼ ਨਹੀਂ ਪਾਉਣੀ, ਇਕੱਲਾ ਪਾਣੀ ਰੱਖ ਲੈਣਾ। ਇਹਨੂੰ ਬੰਦ ਕਰ ਦਿਆਂਗੇ ਤਾਂ ਥੋੜ੍ਹਾ ਜਿਹਾ ਛੇਤੀ ਹੋ ਜੂਗਾ ਇਹ, ਕਿਉਂਕਿ ਭਾਫ ਜਿਹੜੀ ਆ ਉਹ ਤਾਂ ਨਹੀਂ ਨਿਕਲੂਗੀ। ਸੋ ਮੇਰਾ ਅਲਾਰਮ ਵੀ ਵੱਜ ਗਿਆ, ਤੁਹਾਨੂੰ ਆ ਇੱਕ ਵਾਰੀ ਬਣਦੀ ਆ ਦਿਖਾਉਣ ਲੱਗੇ। ਸੋ ਲਗਭਗ ਇਹ ਜਿਹੜਾ ਹੈ ਕੌਫੀ ਤੁਹਾਡੀ ਬਣ ਕੇ ਤਿਆਰ ਹੈ, ਆ ਤੁਸੀਂ ਦੇਖ ਸਕਦੇ ਹੋ। ਹੁਣ ਇਹਦੇ 'ਚ ਅੱਗੇ ਤੁਸੀਂ ਇਹ ਚੀਜ਼ ਤੁਸੀਂ ਨਿੱਕੀ ਜਿਹੀ ਟਰੈਵਲਿੰਗ ਲਈ ਘਰ ਵੀ ਰੱਖ ਸਕਦੇ ਹੋ, ਆਪਦੇ ਟਰੱਕ 'ਚ ਵੀ ਰੱਖ ਸਕਦੇ ਹੋ। ਬਹੁਤ ਵਧੀਆ ਚੀਜ਼ ਹੈ, ਛੋਟੀ ਜਿਹੀ ਮਸ਼ੀਨ ਹੈ। ਅਤੇ ਇੱਥੇ ਵੀ ਲਿਖਿਆ ਕਿ ਨੈਕਸਟ ਕੱਪ ਬਰੂ ਕਰਨ ਦੇ ਲਈ 2 ਮਿੰਟ ਜਿਹੜਾ ਤੁਹਾਨੂੰ ਵੇਟ ਕਰਨੀ ਪਊਗੀ। ਵੀ ਪਾਣੀ ਦੁਬਾਰਾ ਤੋਂ ਪਾਉਣਾ ਤਾਂ ਘੱਟੋ ਘੱਟ ਤੁਸੀਂ 2 ਮਿੰਟ ਹੋ ਗਿਆ ਜੀ, ਜਦੋਂ ਹੋ ਜਾਂਦੀ ਆ ਤਾਂ ਇਹ ਆਟੋਮੈਟਿਕਲੀ ਆ ਦੇਖੋ ਬੰਦ ਹੋ ਗਈ ਆ। ਸੋ ਹੁਣ ਇਹਨੂੰ ਤੁਸੀਂ ਆਰਾਮ ਨਾਲ ਬਾਹਰ ਕੱਢ ਦਿਓ। ਤੁਸੀਂ ਖੰਡ ਪਾਉਣੀ ਹੈ ਜੀ, ਇਹ 0 ਕੈਲਰੀਜ਼ ਸਵੀਟਨਰ ਵੀ ਹੈ ਜਿਨ੍ਹਾਂ ਬੰਦਿਆਂ ਨੂੰ ਸ਼ੂਗਰ ਹੈ। ਇਹ ਇੱਕ ਹੋਰ ਸਵੀਟ ਲਾਈਫ ਹੈ ਜੀ, ਅੱਡੋ ਅੱਡ ਹੈ। ਆਹ ਪਿਓਰ ਖੰਡ ਹੈ ਜੀ ਸ਼ੂਗਰ, ਅਤੇ ਆਹ ਹੈਗੀ ਹੈ ਜੀ ਤੁਹਾਡੀ ਬਰਾਊਨ ਸ਼ੂਗਰ, ਜਿਹਨੂੰ ਆਪਾਂ ਕਹਿੰਦੇ ਹਾਂ ਰਾਜ ਸ਼ੂਗਰ। ਇਹਦੇ ਵਿੱਚੋਂ ਕੁਛ ਵੀ ਨਹੀਂ ਅੱਗੇ ਕੱਢਿਆ ਹੁੰਦਾ। ਸੋ ਮੈਂ ਰਾਜ ਸ਼ੂਗਰ ਵਰਤੂੰਗਾ ਜੀ। ਅਤੇ ਆ ਹੁਣ ਤੁਹਾਨੂੰ ਵਾਈਟਨਰ ਪਾ ਕੇ ਦਿਖਾ ਦਿਓ ਵਿੱਚ। ਆ ਆਪਾਂ ਜੀ ਇਹਦੇ 'ਚ ਵਾਈਟਨਰ ਪਾਤਾ, ਮੈਂ 2 ਵਰਤੇ ਹੈ। ਸੋ ਤੁਸੀਂ ਹੁਣ ਆਪਣੀ ਕੌਫੀ ਸਟਿਰ ਕਰਕੇ ਇੰਜੋਏ ਕਰ ਸਕਦੇ ਹੋ। ਇਹਦੇ ਵਿੱਚ ਹੀ ਸਟਿਰ ਕਰਨ ਨੂੰ ਇਹਨਾਂ ਨੇ ਆ ਡੱਕੇ ਦਿੱਤੇ ਆ ਜੀ। ਇਹਨੂੰ ਵੈਸੇ ਅੰਗਰੇਜ਼ੀ ਸਟਿਰ ਸਟਿਕ ਕਹਿੰਦੇ ਨੇ। ਲਓ ਜੀ ਕੌਫੀ ਬਣ ਕੇ ਤਿਆਰ ਆ, ਫਿਰ ਥੋੜ੍ਹੀ ਦੇਰ ਬਾਅਦ ਤੁਹਾਨੂੰ ਚਾਹ ਬਣਾਉਣੀ ਵੀ ਸਿਖਾਵਾਂਗੇ।